ਸੁਣਾ ਮਸੇਰ ਕੀ ਹਾਲ ਹੈ? ਮੈਂ ਠੀਕ, ਤੂੰ ਸੁਣਾ? ਮੈਂ ਤਾਂ ਮੈਂ ਨਾ ਕਿਆ ਬਾਤ, ਜਿਵੇਂ ਆ ਮੱਝ ਨਾ ਖੁਸ਼ ਖੜੋਤੀ, ਮੈਂ ਵੀ ਮੈਂ ਖੁਸ਼ ਹੀ ਆ, ਮੇਰੀਆਂ ਮੱਝੀ ਖੁਸ਼ ਤੇ ਮੈਂ ਖੁਸ਼। ਲੈ ਬਬਲੀਏ ਹੁੱਕੇ ਨੂੰ ਕਾਸ਼ ਲਾ, ਇਹ ਸੁਗਾਤ ਤਾਂ ਤੈਨੂੰ ਪਤਾ ਹੀ ਕੋਈ ਨਹੀਂ, ਲੈ ਕਾਸ਼ ਇਹਦਾ। ਪਿਵਾ ਪਿਵਾ ਇਹਨੂੰ, ਇਹ ਸੁਗਾਤ ਤਾਂ ਪਤਾ ਲੱਗੇ ਇਹਨੂੰ, ਅਹਿਸਾਸ ਹੋਵੇ। ਵਾਹ ਵਾਹ, ਮੈਂ ਨਹੀਂ ਪੀਂਦੀ, ਤੂੰ ਹੀ ਪੀ। ਸ਼ਹਿਰਾਂ ਵਾਲੇ ਹੁੱਕੇ ਵੀ ਲੋਕ ਪੀਂਦੇ ਹਨ, ਸ਼ਹਿਰਾਂ ਦੇ ਵਿੱਚ ਵੀ। ਅੱਜ ਕੱਲ੍ਹ ਤਾਂ ਡਿਜ਼ਾਇਨ ਨਾ, ਓਏ ਮੇਰਾ ਯਾਰ ਅਨਮੋਲ ਬਗਦਾਦੀ, ਇਹ ਕਿਤੇ ਆਉਂਦਾ ਪਿਆ? ਓਏ ਮੈਂ ਸਦਕੇ ਜਾਵਾਂ। ਅਨਮੋਲ ਬਗਦਾਦੀ ਸਾਡੇ ਇਲਾਕੇ ਦੇ ਪੰਜਾਬ ਲੈਵਲ ਦੇ ਬਹੁਤ ਆਲਾ ਕਿਸਮ ਦੇ ਸਿੰਗਰ ਹੈ, ਬੜੇ ਮਸ਼ਹੂਰ। ਜਨਾਬ ਸਾਡੀ ਮਸੇਰ ਹੈ ਤੇ ਉਂਝੇ ਮਸੇਰ ਹੀ ਹੈ। ਆਉਣ ਵਾਲੇ ਵਕਤ ਦੇ ਵਿੱਚ ਹੋ ਸਕਦਾ ਹੈ ਕਿ ਇਹ ਜੇਕਰ ਸੈਟਲ ਹੋ ਜਾਵੇ ਹੈ ਤਾਂ ਤੁਹਾਡੀ ਵਰਜਾਈ ਵੀ ਬਣ ਸਕਦੀ ਹੈ। ਅੱਛਾ ਭਾਈ, ਨਾ ਅੱਜ ਮੀਂਹ ਆਇਆ ਨਾ ਹਨੇਰ ਆਇਆ, ਸਾਡਾ ਯਾਰ ਆਇਆ। ਕਿਉਂ, ਕੋਈ ਛਾਪਰ ਹੈ ਜਿਹੜਾ ਮੀਂਹ ਹਨੇਰੀ ਵਿੱਚ ਹੀ ਆਉਂਦਾ? ਸਿੰਗਰ ਹੈ, ਬੜਾ ਅੱਛਾ ਸਿੰਗਰ ਹੈ, ਔਰ ਸਾਡਾ ਬਹੁਤ ਹੀ ਪਿਆਰਾ ਦੋਸਤ ਹੈ। ਔਰ ਵੇਖੋ ਮੈਂ ਮਸਕੀਨ ਰਮਜੀ ਸਿਆਣੇ ਦੇ ਕੋਲ ਆ ਜਾਂਦਾ ਮਿਲਣ ਵਾਸਤੇ, ਜਦਕਿ ਮੈਂ ਏਡਾ ਚਬਾਣਾ, ਮੈਂ ਇਹਦੇ ਕੋਲ ਜਾ ਹੀ ਨਹੀਂ ਸਕਦਾ ਪਿਆ। ਇਹ ਤਾਂ ਗਲਤ ਗੱਲ ਹੈ। ਤੇ ਆਪਣੇ ਦੋਸਤ ਨੂੰ ਕੋ ਕੋ ਸੁਣਾ ਕੇ ਵਿਖਾਣ ਸਾਨੂੰ, ਅਸੀਂ ਵੀ ਸੁਣੀਏ ਇਹਨਾਂ ਦੀ। ਲੈ ਪਹਿਲੇ ਸੁਣ ਲੈ, ਪਹਿਲੇ ਖੈਰ ਖਿਆਤ ਮੈਨੂੰ ਪੁੱਛ ਲਵਾਂ ਤੇ ਭਾਈ ਡੇਰਾ ਡੱਗਾ ਠੀਕ ਆ, ਸਭ ਖੈਰ ਖਰੀਆ ਤਾਈ? ਅੱਲਾਹ ਪਾਕ ਦੀ ਸ਼ੁਕਰ ਹੈ। ਸਫ਼ਰ 'ਚ ਕੋਈ ਤੰਗੀ ਸ਼ੰਗੀ ਤਾਂ ਨਹੀਂ ਹੋਈ? ਨਾ ਜੀ, ਨਾ ਅੱਲਾਹ। ਸਾਰੀ ਜ਼ਿੰਦਗੀ ਗੈਰਤ ਨਹੀਂ ਆਉਣੀ ਮੇਰੇ ਡੇਰੇ ਤੇ ਮੇਰੇ ਬੂਹੇ ਤੇ ਬਹਿ ਕੇ ਮੈਨੂੰ ਬੌਕਦਾ ਰਹਾ। ਇਹਨੇ ਤੇ ਬੀਆ ਤੇ ਵੇਖ ਜਿਵੇਂ ਗੜਾ ਸੁਕਦਾ ਪਿਓ ਹੋਵੇ। ਅੱਛਾ ਤੁਸੀਂ ਆਪਣੀ ਬਕਵਾਸ ਬੰਦ ਕਰੋ, ਹੁਣ ਤੇ ਇਹਨਾਂ ਨੂੰ ਕੋਈ ਅੱਛਾ ਜਿਹਾ ਗਾਣਾ ਸੁਣਾ ਕੇ ਵਿਖਾਣ ਸਾਨੂੰ। ਵਾਹ ਵਾਹ, ਕੀ ਬਾਤ ਹੈ, ਕੈਸਾ ਲਫ਼ਜ਼ ਇਸਤੇਮਾਲ ਕੀਤਾ ਸੋ ਮੇਰੀ ਸ਼ਾਨ ਵਿੱਚ ਬਕਵਾਸ। ਇਹਦਾ ਮਤਲਬ ਇਹ ਕਿ ਤੁਹਾਡੀ ਵਰਜਾਈ ਇਹ ਬਣ ਜਾਏਗੀ। ਹੁਣੇ ਪ੍ਰੈਕਟਿਸ ਕਰਦੀ ਪਈ ਹੈ, ਬੌਕ ਨਾ ਤੇ ਬਕਵਾਸ ਨਾ ਕਰਦੀ। ਅੱਛਾ ਚਲੋ, ਜਿਵੇਂ ਆਉਂਦੀ ਹੈ ਮੁੰਡੇ ਨੇ ਕੋਈ ਇੱਕ ਦੋੜਾ ਸੋਹਣਾ ਜਿਹਾ ਪਿਆਰਾ ਜਿਹਾ ਸੁਣਾ ਦੇ। ਦੋੜਾ ਹੋਵੇ ਚੰਗਾ ਤਾਂ ਹਾਂ, ਤੇ ਕਿੰਗਰੇ ਹਲ ਜਾਵੇ। ਵਜਾ ਲੈ, ਇੱਥੇ ਪੰਕਲਾਈ ਖੜੋਤੀ ਹੈ ਤੂੰ। ਅੱਛਾ ਚੱਲ ਛੱਡ ਕਰ ਉਹਨੂੰ। ਅੱਛਾ ਚਲੋ ਜੀ, ਇਹਨਾਂ ਦਾ ਗਾਣਾ ਸੁਣਿਆ ਜੀ ਬਗਦਾਦੀ ਸਾਹਿਬ। ਕਰ ਬੈਠਾ ਜੁਰਮ ਵਫਾ ਆਦਾ, ਦਿਲ ਤੇਰੇ ਲਾਲ ਜੁਰਲ ਗਿਆ ਹੈ, ਉਹ ਤਾਂ ਯੂੰ ਹਾਂ ਹੱਕ ਦਾ ਅਰ ਸਜ਼ਾ ਦਾ, ਹੋਏ ਗੁਰਬਤ ਦੀ ਸਖ ਤਜ਼ਮੈਸ਼ ਦੇ ਵਿੱਚ, ਮੇਰਾ ਹੌਸਲਾ ਵੇਖ ਨਿਭਾ ਆਦਾ, ਸੀਨੇ ਤੇ ਮਾਜ ਦਿਖਾਉਂਦਾ ਹੈ, ਉਹ ਤੇਰਾ ਹਰ ਇੱਕ ਤੀਰ ਜਫਾ ਦਾ। ਵਾਹ ਭਾਈ ਵਾਹ, ਕਿਆ ਬਾਤ, ਹੁੱਕੇ ਦਾ ਭਰ ਸੂਟਾ, ਯਾਰ ਰੱਬਾ ਯਾਰ ਮਿਲਾ, ਓਏ ਯਾ ਇਸ਼ਕ ਦਾ ਪੱਟ ਬੂਟਾ। ਹਯਾਤੀਆਂ, ਉਹ ਤੇ ਸਹੀ ਹੈ, ਲੇਕਿਨ ਇਹ ਪੱਟ ਬੂਟਾ ਕੀ ਹੁੰਦਾ? ਸੌਖਾ ਜਿਹਾ ਲਫ਼ਜ਼ ਹੈ ਪੱਟ ਬੂਟਾ, ਇਹਦਾ ਮਤਲਬ ਹੈ ਕਿਸੇ ਦਾ ਪੰਨਾ ਚਾ ਦੇਣਾ। ਪੰਨਾ ਚਾ ਦੇਣਾ? ਹਾਂ, ਪੰਨਾ ਚਾ ਦੇਣਾ। ਤੈਨੂੰ ਇਹ ਵੀ ਸਮਝ ਨਹੀਂ ਆਉਂਦੀ? ਤੈਨੂੰ ਇਹ ਮੈਂ ਦੱਸਿਆ, ਇਹਦਾ ਮਕਸਦ ਇਹ ਤੇ ਕਿਸੇ ਬੰਦੇ ਦੀ ਰੜੀ ਫੂਕ ਦਿਓ। ਰੜੀ ਫੂਕ, ਫੂਕ ਦਿਓ ਮਤਲਬ? ਰੜੀ ਫੂਕ ਦਿਓ ਦਾ ਤਰਜਮਾ ਇਹ ਕੀਤਾ ਜਾ ਸਕਦਾ ਹੈ ਕਿ ਕਿਸੇ ਦਾ ਮਕਾਨ ਹੈ, ਅੱਛਾ, ਉਸ ਮਕਾਨ ਦੇ ਉੱਤੇ ਤੇਲ ਸੱਟੋ। ਓ ਨੋ, ਤੇਲ ਸੱਟ ਕੇ ਉਹਨੂੰ ਅੱਗ ਲਾ ਦਿਓ, ਉਹ ਸਵਾਹ ਹੋ ਜਾਵੇ ਤੇ ਉਹਨੀ ਸਵਾਹ ਨੂੰ ਫੂਕ ਮਾਰੋ। ਚਲੋ ਉਹ ਤੇ ਹੋ ਗਿਆ, ਲੇਕਿਨ ਇਹ ਪੱਟ ਬੂਟਾ ਕੀ ਹੁੰਦਾ? ਲਓ ਬਾਈ, ਇਹਦਾ ਬੂਟਾ ਉਥਾਂ ਹੀ ਖਲਾਈ,
ਓ ਮੈਂ ਪੱਟ ਲੈਣਾ ਬੂਟਾ ਇਹਦਾ ਮੈਂ ਸਮਝਣਾ ਤੇਰਾ ਪੁੱਛਣ ਨਮਸਕਾਰ ਹਟ ਕੇ ਮੋੜੂ ਓਏ ਵੀ ਬੂਟਾ ਪੱਟ ਕੀ ਹੁੰਦਾ ਮੈਂ ਮਾਣਾ ਬਸਤਾ ਉੱਕੀ ਚਾ ਉੱਕੀ ਚਾ ਆਉਂ ਗਈ ਹਾਂ ਉੱਠ ਕੇ ਖੜਾ ਹੋ ਜਾ ਖੜੇ ਹੋ ਗਏ ਤੇ ਦਫਾ ਹੋ ਜਾ ਮੇਰੀਆਂ ਅੱਖੀਆਂ ਗੁਦੂਰ ਹੋ ਜਾ ਚੱਲ ਵਗ ਜਾ ਮੈਂ ਤੈਨੂੰ ਆਖ ਵਾਜ ਖਾਜ ਗਈ ਏ ਵਾਜ ਖਾਜ ਗਈ ਏ ایسی مزید فنی ویڈیوز دیکھنے کے لیے ہمارے چینل رچناوی ٹی وی کو سبسکرائب کریں।